ਸ਼ਿਕਾਲ ਜੀ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਜਦੋਂ ਆਪਾਂ ਲੁਧਿਆਣੇ ਵੱਲ ਨੂੰ ਜਾਂਦੇ ਹਾਂ ਅਤੇ ਰਸਤੇ 'ਚ ਜਿਹੜਾ ਸਭ ਤੋਂ ਮਹਿੰਗਾ ਟੋਲ ਹੈ 105 ਰੁਪਏ ਦਾ ਉਸ ਟੋਲ ਤੋਂ ਬਚਣ ਦੇ ਲਈ ਤੁਹਾਨੂੰ ਰਸਤਾ ਦਿਖਾ ਰਹੇ ਹੈਗੇ ਹਾਂ ਸਾਹਮਣੇ ਤੁਸੀਂ ਇਹ ਦੇਖ ਰਹੇ ਹੈਗੇ ਹੋ ਟੋਲ ਪਲਾਜ਼ਾ ਦਾ ਬੋਰਡ ਆ ਰਿਹਾ ਹੈਗਾ 500 ਮੀਟਰ ਦੇ ਉੱਤੇ ਟੋਲ ਪਲਾਜ਼ਾ ਜੀ ਇਹ ਬੋਰਡ ਦੇਖੋ ਆ ਗਿਆ 500 ਮੀਟਰ ਦੇ ਉੱਤੇ ਟੋਲ ਪਲਾਜ਼ਾ ਹੈ ਇਹਦੇ ਨਾਲ ਹੀ ਇਹ ਤੁਸੀਂ ਦੇਖੋ ਧਿਆਨ ਨਾਲ ਭਾਗੂ ਮਾਜਰਾ ਪਿੰਡ ਦਾ ਬੋਰਡ ਹੈਗਾ ਇਹ ਹੈ ਇਹਦੇ ਨਾਲ ਹੀ ਰਸਤਾ ਜਾਂਦਾ ਭਾਗੂ ਮਾਜਰਾ ਪਿੰਡ ਨੂੰ ਲੈਫਟ ਟਰਨ ਕਰ ਲੈਣਾ ਅਸੀਂ ਇੱਥੋਂ ਔਰ ਨਿਸ਼ਾਨੀ ਇਹੀ ਹੈ ਕਿ ਇੱਥੇ ਸਭ ਤੋਂ ਪਹਿਲੇ ਇਹਨਾਂ ਨੇ ਨਾ ਬਹੁਤ ਸਾਰੇ ਹੰਪ ਬਣਾਏ ਹੋਏ ਨੇ ਥੋੜ੍ਹਾ ਜਿਹਾ ਸਲੋ ਚੱਲਣਾ ਪੈਂਦਾ ਸੜਕ ਬਹੁਤ ਅੱਛੀ ਹੈਗੀ ਹੈ ਭਾਗੂ ਮਾਜਰਾ ਪਿੰਡ ਹੈ ਜੀ ਇਹ ਤੁਸੀਂ ਦੇਖ ਸਕਦੇ ਹੈਗੇ ਹੋ ਇਹ ਸੜਕ ਤੁਸੀਂ ਸਿੱਧੇ ਜਾਂਦੇ ਰਹਿਣਾ ਹੈਗਾ ਪਹਿਲੀ ਇਹ ਮਿਊਂਸੀਪਲ ਪਾਰਕ ਭਾਗੂ ਮਾਜਰਾ ਸਾਈਡ 'ਤੇ ਉੱਤੇ ਆਉਂਦਾ ਹੈਗਾ ਇਹਦੇ ਨਾਲ ਹੀ ਆਪਾਂ ਇੱਥੋਂ ਰਾਈਟ ਟਰਨ ਕਰ ਲੈਣਾ ਹੈਗਾ ਜੀ ਪਾਰਕ ਤੋਂ ਅਗਲਾ ਰਾਈਟ ਟਰਨ ਨਾਲ ਹੀ ਤੁਸੀਂ ਦੇਖੋਗੇ ਇਹ ਢਾਬਾ ਹੈਗਾ ਜੀ ਇੱਥੇ ਛੋਟਾ ਜਿਹਾ ਮੁੜਦੇ ਸਾਰ ਹੀ ਗੱਡੀਆਂ ਤੁਹਾਨੂੰ ਕਈ ਆਉਂਦੀਆਂ ਜਾਂਦੀਆਂ ਨਜ਼ਰ ਆ ਜਾਣਗੀਆਂ ਠੀਕ ਹੈ ਸੋ ਆਪਾਂ ਇਹਦੇ ਵਿੱਚ ਜਿਹੜਾ ਭਾਗੂ ਮਾਜਰਾ ਪਿੰਡ ਹੈ ਇਹਦੀ ਫਿਰਨੀ ਫਿਰਨੀ ਯਾਨੀ ਬਾਹਰੋਂ ਬਾਹਰ ਜਿਹੜਾ ਰਸਤਾ ਪਿੰਡੋਂ ਬਾਹਰ ਜਾਣ ਦਾ ਹੁੰਦਾ ਜਿਹਨੂੰ ਕਹਿ ਲਓ ਪਿੰਡ ਦਾ ਹਾਈਵੇ ਆਪਾਂ ਉਹਦੇ ਉੱਤੋਂ ਦੀ ਜਾਣਾ ਹੈਗਾ ਅਤੇ ਵਿੱਚੋਂ ਥੋੜ੍ਹਾ ਜਿਹਾ ਰਸਤਾ ਖਰਾਬ ਹੈਗਾ ਬਾਕੀ ਸਾਰੇ ਰਸਤੇ ਦੇ ਵਿੱਚ ਇੱਥੇ ਨਾਲ ਹੀ ਆ ਦੇਖੋ ਲੋਕ ਸੇਵਾ ਕੇਂਦਰ ਆਉਂਦਾ ਜੀ ਇਹ ਲੋਕ ਸੇਵਾ ਕੇਂਦਰ ਹੈਗਾ ਇਹਨਾਂ ਦਾ ਇਹ ਸਕੂਲ ਹੈ ਬੱਚਿਆਂ ਦਾ ਤੁਸੀਂ ਦੇਖ ਰਹੇ ਹੋ ਜੀ ਇਹ ਸਕੂਲ ਹੈ ਸਕੂਲ ਦੇ ਨਾਲ ਨਾਲ ਆਪਾਂ ਜਾਣਾ ਅਤੇ ਨਾਲ ਹੀ ਇੱਥੋਂ ਅਸੀਂ ਲੈਫਟ ਟਰਨ ਲਵਾਂਗੇ ਸਕੂਲ ਦੇ ਨਾਲ ਨਾਲ ਹੀ ਲੈਫਟ ਟਰਨ ਲੈ ਲੈਣਾ ਹੈਗਾ ਜੀ ਤੁਹਾਨੂੰ ਇੱਥੇ ਸਕੂਲ ਦਾ ਗਰਾਊਂਡ ਨਜ਼ਰ ਆਏਗਾ ਅਤੇ ਥੋੜ੍ਹੇ ਜਿਹੇ ਬੱਚੇ ਵੀ ਖੇਡਦੇ ਨਜ਼ਰ ਆ ਜਾਣਗੇ ਕੋਈ ਗੱਲ ਬਸ 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 ਸਕੂਲ ਦੇ ਬੱਚੇ ਖੇਡਦੇ ਨਜ਼ਰ ਆਉਣਗੇ ਇਹ ਸਕੂਲ ਦਾ ਸਿੱਧਾ ਸਿੱਧਾ ਰਸਤਾ ਅੱਗੋਂ ਜਾਈ ਜਾਣਾ ਹੈਗਾ ਬਸ 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 ਉਹ ਦੇਖੋ ਉਹ ਦੇਖੋ 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 ਉੱਥੋਂ ਜੀਪ ਆ ਰਹੀ ਹੈ ਆ ਜਾ ਮੇਰੀ ਗੋਦੀ 'ਚ ਬੈਠ ਜਾ ਇੱਥੋਂ ਸਿੱਧਾ ਸਿੱਧਾ ਜਾਈ ਜਾਣਾ ਜੀ ਕਿਤੇ ਨਹੀਂ ਮੁੜਨਾ ਸਕੂਲ ਵਾਲੀ ਰੋਡ ਦੇ ਉੱਤੇ ਕੋਈ ਬਾਤ ਨਹੀਂ ਆਪ ਹੀ ਆ ਬੈਠੋ ਸਕੂਲ ਵਾਲੀ ਰੋਡ ਦੇ ਉੱਤੇ ਹੀ ਥੋੜ੍ਹੀ ਜਿਹੀ ਧੁੱਪ ਜ਼ਿਆਦਾ ਹੈਗੀ ਹੈ ਜਿਹਦੇ ਕਰਕੇ ਜਿਹੜਾ ਰਸਤਾ ਤੁਹਾਨੂੰ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈਗਾ ਇਹ ਪਿੰਡ ਦਾ ਕਰਿਆਨਾ ਸਟੋਰ ਆ ਗਿਆ ਜੀ ਠੀਕ ਹੈ ਇਹ ਸਿੱਧਾ ਸਿੱਧਾ ਰਸਤਾ ਹੈ